اعوذ باللہ من الشیطان الرجیم بسم اللہ الرحمن الرحیم نڑے آ گئی قیامت پاٹ گیا چن تے جے ویکھدے نے کوئی نشانی ٹال دیندے نے تے آخ نے جادو اے مڈھوں تریہا آوندا تے چٹھڑائوں نے تے مگر تری اپنے جیاں دی چاہ دے تے ہر کام میں ٹھہرن والا انہاں چٹھلاڑا وی نامرادی ٹھیک پہنچ کے کھلوے گا تے ضرور پہنچ چُکیاں نے انہاں نو خبراں ਪਿਛਲੀਆਂ ਕਾਮਾਂ ਦੀਆਂ ਜਿੱਟਣਿਆਂ ਨਾਲ ਡੱਕਾ ਪੈ ਸਕਦਾ ਏ ਸਰਕਸ਼ੀ ਨੂੰ ਜੋ ਅਕਲ ਦੀਆਂ ਗੱਲਾਂ ਨੇ ਪੂਰੀਆਂ ਨੇ ਫੇਰ ਕੁਝ ਨਫਾ ਨਹੀਂ ਦਿੰਦੇ ਡਰਾਨ ਵਾਲੇ ਸੋ ਹਬੀਬ ਹਟਾਓ ਉਹਨਾਂ ਵੱਲੋਂ ਜਿਸ ਦਿਨ ਸੱਦੇਗਾ ਸੱਦਣ ਵਾਲਾ ਇੱਕ ਉਪਰੀ ਚੀਜ਼ ਵੱਲ ਯਾਨੀ ਹਿਸਾਬ ਵੱਲ ਸਹਮੀਆਂ ਹੋਣ ਦੀਆਂ ਅੱਖੀਆਂ ਇਹਨਾਂ ਦੀਆਂ ਨਿਕਲ ਪੈਣਗੇ ਕਪੜਾ ਤੋਂ ਜਿਉਂ ਮਕੜੀ ਖਿਲਰੀ ਹੋਈ ਦੌੜਦੇ ਜਾਂਦੇ ਉਹ ਸੱਦਣ ਵਾਲੇ ਵੱਲ ਆਖਦੇ ਹੋਏ ਬੇਈਮਾਨ ਪਈ ਇਹ ਦਿਨ ਹੈ ਬੜਾ ਹੀ ਔਖਾ ਝਟਲਾ ਚੁਕੀ ਇਹ ਪਹਿਲੇ ਇਹਨਾਂ ਦੇ ਕੌਮ ਨੂੰ ਦੀ ਫੇਰ ਝੂਠਾ ਆਖਿਓ ਨੇ ਸਾਡੇ ਬੰਦੇ ਨੂੰ ਤੇ ਆਖਿਓ ਨੇ ਸੁਦਾਈਏ ਤੇ ਧੱਕਿਆ ਗਿਆ ਤਬਲੀਕ ਕਰਨ ਤੋਂ ਇਹ ਦੁਆ ਮੰਗੀਓ ਸੁ ਆਪਣੇ ਰੱਬ ਤੋਂ ਪਰ ਮੈਨੂੰ ਹਰਾ ਦਿੱਤਾ ਹੁਣ ਤੂੰ ਬਦਲਾ ਲੈ ਫੇਰ ਖੋਲ ਦਿੱਤੀ ਅਸਾਂ ਦਰਵਾਜ਼ੇ ਅਸਮਾਨ ਦੇ ਪਾਣੀ ਦੇ ਰੇੜ ਨਾਲ ਤੇ ਪਾੜ ਕੇ ਕਰ ਦਿੱਤੀ ਅਸਾਂ ਜ਼ਮੀਨ ਚਿਸ਼ਮੇ ਤੇ ਮਿਲ ਗਿਆ ਇਹ ਸਾਰਾ ਪਾਣੀ ਇੱਕ ਕੰਮ ਲਈ ਜੋ ਮਿਚਿਆ ਸੀ ਇਸਵਾਰ ਕਰ ਲਿਆ ਅਸਾਂ ਉਹਨੂੰ ਇੱਕ ਤਖਤਿਆਂ ਤੇ ਕਿੱਲਾ ਵਾਲੀ ਹੁੰਤੇ ਤੁਰਦੀ ਏ ਸਾਡੀਆਂ ਅੱਖਾਂ ਦੇ ਸਾਹਮਣੇ ਬਦਵਾ ਲੈਣ ਲਈ ਉਸ ਦਾ ਜਿਸ ਦੀ ਕਤਲ ਨਾ ਜਾਂਦੀ ਗਈ ਤੇ ਜ਼ਰੂਰ ਅਸਾਂ ਰਹਿਣ ਦਿੱਤੀ ਉਹ ਕਸ਼ਤੀ ਨਿਸ਼ਾਨੀ ਫਿਰ ਪਲਾ ਹੈ ਕੋਈ ਸੋਚਣ ਵਾਲਾ ਦੇਖ ਲਓ ਫਿਰ ਕਿਆ ਕੁਸੀ ਮੇਰਾ ਅਜ਼ਾਬ ਤੇ ਮੇਰਾ ਡਰਾਣਾ ਜ਼ਰੂਰ ਅਸਾਂ ਸੁਕੱਲਾ ਕਰ ਦਿੱਤਾ ਕੁਰਾਨ ਸਮਝਣ ਲਈ ਫਿਰ ਪਲਾ ਹੈ ਕੋਈ ਸੋਚਣ ਵਾਲਾ ਛੁਟਰਾਇਆ ਆਦ ਨੇ ਫਿਰ ਕਿਆ ਕੁ ਅਜ਼ਾਬ ਹੋਇਆ ਮੇਰਾ ਤੇ ਮੇਰਾ ਡਰਾਣਾ ਸਾ ਪੇਜੀ ਉਹ ਨਉ ਤੇ ਹਵਾ ਸੁਕਦੀ ਸਦਾ ਰਹਿਣ ਵਾਲੀ ਨਉ ਸਦ ਦੇ ਕਿਹਾਰੇ ਪੁੱਟ ਛੁੱਟਦੀ ਰਹੀ ਚੁੱਕ ਚੁੱਕ ਕੇ ਲੋਕਾਂ ਨੂੰ ਜਿਉਂ ਮੋਚੇ ਨਖਜੂਰ ਦੇ ਮੁੱਢੋਂ ਪੁੱਟੇ ਹੋਏ ਦੇਖ ਲੋ ਫੇਰ ਕਿਆ ਕੁ ਹੋਇਆ ਮੇਰਾ ਅਜ਼ਾਬ ਤੇ ਮੇਰਾ ਡਰਾਣਾ ਜਰੂਰ ਅਸਾਂ ਸੁਖਲਾ ਕਰ ਦਿੱਤਾ ਕੁਰਾਨ ਸਮਝ ਲੈ ਫੇਰ ਭਲਾ ਹੈ ਕੋਈ ਸੋਚਣ ਵਾਲਾ ਝੁੱਟਲਾਇਆ ਸਮੂਦ ਨੇ ਡਰ ਸੁਣਾਉਣ ਵਾਲਿਆਂ ਨੂੰ ਫੇਰ ਆਖਣ ਲਗੇ ਭਲਾ ਇੱਕ ਇਕੱਲਾ ਆਦਮੀ ਅਸਾਂ ਵਿੱਚੋਂ ਅਸੀਂ ਮਗਰ ਤੋਰ ਪਾਉਂਗੇ ਉਹਦੇ ਅਸੀਂ ਤਾਂ ਤਦ ਪੈ ਗਏ ਗਲਤੀ ਤੇ ਸੌਦਾ ਵਿੱਚ ਕਹਦਾ ਉਤਰ ਪਈ ਨਸੀਅਤ ਉਸ ਉੱਤੇ ਅਸਾਂ ਵਿੱਚੋਂ ਸਗੋਂ ਉਹ ਬੜਾ ਝੂਠਾ ਵਡਿਆਈ ਕਰਦਾ ਅਸਾਂ ਆਪਣੇ ਪਗੰਬਰ ਨੂੰ ਆਖਿਆ ਹੁਣ ਇਹ ਜਾਣ ਲੈਣਗੇ ਪਲਕੇ ਕੌਣ ਹੈ ਬੜਾ ਝੂਠਾ ਵਡਿਆਈ ਕਰਦਾ ਅਸੀਂ ਭੇਜਾਂਗੇ ਉਂਠ ਨਹੀਂ ਉਹਨਾਂ ਦੇ ਅਜ਼ਮਾਵਣ ਨੂੰ ਸੋ ਉਡੀਕ ਅੰਜਾਮ ਉਹਨਾਂ ਦਾ ਤੇ ਸਬਰ ਕਰ ਸਬਰ ਕਰਦੇ ਉਹਨਾਂ ਨੂੰ ਭਾਈ ਪਾਣੀ ਵੰਡਿਆ ਗਿਆ ਹੈ ਉਹਨਾਂ ਵਿੱਚ ਹਰ ਵਾਰੀ ਪਾਣੀ ਦੀਏ ਉੱਤੇ ਵਾਰੀ ਵਾਲਾ ਆ ਪਹੁੰਚੇ ਫੇਰ ਆਵਾਜ਼ ਮਾਰਿਓ ਨੇ ਆਪਣੇ ਯਾਰ ਨੂੰ ਫੇਰ ਉਹਨ ਦਲੇਰੀ ਕੀਤੀ ਤੇ ਵੱਡ ਸੁੱਟੀ ਫੇਰ ਕੀ ਆ ਗੋਇਆ ਮੇਰਾ ਅਜ਼ਾਬ ਤੇ ਮੇਰਾ ਡਰਾਣਾ ਅਸਾਂ ਭੇਜੀ ਉਹਨਾਂ ਉੱਤੇ ਇੱਕੋ ਚੀਕ ਤਾਂ ਹੋ ਗਿਆ ਜਿਉਂ ਚੂਰਾ ਕਿੰਗਰੀਆਂ ਦਾ ਬਾੜਾ ਬਣਾਉਣ ਵਾਲੇ ਦੇ ਬਾੜੇ ਦਾ ਤੇ ਜ਼ਰੂਰ ਅਸਾਂ ਸੁਖੱਲਾ ਕਰ ਦਿੱਤਾ ਕੁਰਾਨ ਸਮਝਣ ਲਈ ਫੇਰ ਭਲਾ ਹੈ ਕੋਈ ਸੋਚਣ ਵਾਲਾ ਉੱਠ ਆਇਆ ਲੂਤ ਦੀ ਕੌਮ ਨੇ ਡਰਨ ਵਾਲਿਆਂ ਨੂੰ ਅਸਾਂ ਭੇਜੀ ਉਹਨਾਂ ਉੱਤੇ ਪਥਰਾਉ ਹਵਾ ਪਰ ਮਹਿਫੂਜ਼ ਰਹਿ ਲੂਤ ਦੇ ਘਰ ਵਾਲੇ ਅਸਾਂ ਬਚਾ ਦਿੱਤਾ ਉਹਨਾਂ ਨੂੰ ਸਰਗੀ ਵੇਲੇ ਘਰੋਂ ਕੱਢ ਕੇ ਇਹਾਨ ਕਰਨ ਲਈ ਆਪਣੇ ਕੋਲੋਂ ਇਸੇ ਤਰ੍ਹਾਂ ਅਸੀਂ ਬਦਲਾ ਦੇਨੇ ਆ ਉਸ ਨੂੰ ਜਿਨੇ ਸ਼ੁਕਰ ਕੀਤਾ ਤੇ ਉਹਨੂੰ ਜ਼ਰੂਰ ਡਰਾਇਓ ਸੂ ਉਹਨਾਂ ਨੂੰ ਸਾਡੀ ਪਕੜ ਤੋਂ ਫਿਰ ਝਗੜਾ ਪਾ ਬੈਠੇ ਉਹਦੇ ਡਰਾਣੇ ਵਿੱਚ ਤੇ ਜ਼ਰੂਰ ਲੈਨੇ ਚਾਹੋ ਨੇ ਉਸ ਤੋਂ ਮਹਿਮਾਨ ਉਸ ਦੇ ਫਿਰ ਨਿਸ਼ਟ ਕਰ ਦਿੱਤੀਆਂ ਅਸਾਂ ਅੱਖੀਆਂ ਉਹਨਾਂ ਦੀਆਂ ਹੁਣ ਚੱਖੋ ਮੇਰਾ ਅਜ਼ਾਬ ਤੇ ਮੇਰਾ ਡਰਾਣਾ ਇਹ ਜ਼ਰੂਰ ਆਇਆ ਉਹ ਨਾ ਉਤੇ ਫਜਰੇ ਸਵੇਰੇ ਅਟਲ ਲਜ਼ਾਬ ਹੁਣ ਚੱਖੋ ਮੇਰਾ ਜ਼ਾਬਤ ਤੇ ਮੇਰਾ ਡਰਾਣਾ ਜ਼ਰੂਰ ਅਸਾਂ ਸੁਖੱਲਾ ਕਾ ਦਿੱਤਾ ਕੁਰਾਨ ਸਮਝਣ ਲਈ ਫਿਰ ਪਲਾ ਹੈ ਕੋਈ ਸੋਚਣ ਵਾਲਾ ਇਹ ਜ਼ਰੂਰ ਆਏ ਫਰਾਉਨ ਦੇ ਲੋਕਾਂ ਕੋਲ ਡਰਾਣ ਵਾਲੇ ਫਲਾਈਆਂ ਨੇ ਸਾਡੀਆਂ ਸਾਰੀਆਂ ਨਿਸ਼ਾਨੀਆਂ ਫਿਰ ਫੜਿਆ ਅਸਾਂ ਉਹਨਾਂ ਨੂੰ ਬੜੇ ਜ਼ੋਰਾਂ ਵਰ ਬਸ ਚੱਲਦੇ ਵਾਲੇ ਦੇ ਫੜਨ ਗਿਆ ਪਲਾ ਤੁਹਾਡੇ ਵਿੱਚ ਦੇ ਬੇਈਮਾਨ ਕੁਝ ਚੰਗੇ ਨੇ ਉਹਨਾਂ ਬੇਈਮਾਨਾਂ ਨਾਲੋਂ ਯਾਦ ਤੁਸੀਂ ਨਹੀਂ ਫਾਰਖਤੀ ਲਿਖੀ ਹੋਈ ਹੈ ਕਿਤਾਬਾਂ ਵਿੱਚ ਬਲਾ ਆਖਦੇ ਨੇ ਸਾਡਾ ਜੱਥਾ ਹੈ ਆਪਣਾ ਬਚਾ ਕਰਨ ਜੋਗਾ ਹੋਣੇ ਹਾਰ ਜਾਏਗਾ ਉਹ ਜੱਥਾ ਤੇ ਨਸਨਗੇ ਪਿੱਠਾਂ ਫੇਰ ਕੇ ਤਕੋ ਕਿਆਮਤ ਹੈ ਵਕਤ ਉਹਨਾਂ ਦੇ ਅਸਲ ਵਾਦੇ ਦਾ ਤੇ ਕਿਆਮਤ ਬੜੀ ਆਫਤ ਹੈ ਤੇ ਬੜੀ ਕੋੜੀ ਪਾਪੀ ਜ਼ਰੂਰ ਪਏ ਹੋਏ ਨੇ ਗਲਤੀ ਤੇ ਬੇਅਕਲੀ ਵਿੱਚ ਜਿਸ ਦਿਨ ਕਸੀਟੇ ਜਾਣਗੇ ਅੱਗ ਵਿੱਚ ਆਪਣੇ ਮੂੰਹ ਦੇ ਪਾਰ ਚੱਖੋ ਮਜ਼ਾ ਜਨਮ ਦੀ ਅੱਗ ਦਾ ਅਸਾਂ ਹਰ ਚੀਜ਼ ਪੈਦਾ ਕੀਤੀ ਏ ਪਹਿਲੇ ਮਿੱਟ ਕੇ ਤੇ ਨਹੀਂ ਏ ਕੰਮ ਸਾਡਾ ਪਰ ਇੱਕੋ ਗੱਲ ਅੱਖ ਦੇ ਚਮਕਾਰੇ ਬਰਾਬਰ ਤੇ ਜ਼ਰੂਰ ਅਸੀਂ ਫਨਾ ਕਰ ਚੁੱਕੇ ਹਾਂ ਤੁਹਾਡੇ ਜਿਹਾ ਕਈਆਂ ਨੂੰ ਫੇਰ ਪਲਾ ਹੈ ਕੋਈ ਸੋਚਣ ਵਾਲਾ ਤੇ ਹਰ ਚੀਜ਼ ਜੋ ਕੀਤੀ ਉਹਨੇ ਲਿਖੀ ਏ ਦਫਤਰਾ ਵਿੱਚ ਤੇ ਹਰ ਇੱਕ ਨਿੱਕੀ ਵੱਡੀ ਲਿਖੀ ਗਈ ਏ ਬਚ ਕੇ ਤੁਰਨ ਵਾਲੇ ਨੇ ਬਾਗਾਂ ਤੇ ਨਹਿਰਾਂ ਵਿੱਚ ਬੈਠੇ ਹੋਏ ਸੱਚ ਦੀ ਬੈਠਕ ਵਿੱਚ ਕੋਲ ਬਾਦਸ਼ਾਹ ਦੇ ਜਿਸ ਦਾ ਸਭ ਉੱਤੇ ਕਬਜ਼ਾ